ਹਲਕਾ ਤਰੰਦਾਂ ਦੇ ਪਿੰਡ ਨੂਰਦੀ ਵਿਖੇ ਸਰਪੰਚੀ ਦੇ ਦਾਅਵੇ ਦਾ ਸੁਖੰਤ ਕੋਰ ਤੇ ਉਹਨਾਂ ਦੇ ਪਤੀ ਕੁਲਬੀਰ ਸਿੰਘ ਵੱਲੋਂ ਪਿੰਡ ਦੇ ਲੋਕਾਂ ਨਾਲ ਅੱਜ ਪਿੰਡ ਵਿੱਚ ਇਕੱਠ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੇ ਕੁਲਬੀਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ ਵੋਟਾਂ ਝੋਨਾ ਨੂੰ ਪਹਾੜੀ ਭਾਉ ਨਾਲ ਜਿਤਾਵਾਂਗੇ ਅਤੇ ਇਕੱਠ ਵਿੱਚ ਸ਼ਾਮਲ ਹੋਏ ਪਿੰਡ ਵਾਸੀਆਂ ਨੇ ਕੁਲਬੀਰ ਸਿੰਘ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਇਸ ਮੌਕੇ ਕੁਲਬੀਰ ਸਿੰਘ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਧੰਨਵਾਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਹੈ ਸਾਡੇ ਪਿੰਡ ਦੀ 2100 ਵੋਟ ਆ ਤੇ ਚੋਣ ਨਿਸ਼ਾਨ ਟਰੈਕਟਰ ਆ ਕਿਸ ਤਰ੍ਹਾਂ ਤੁਹਾਨੂੰ ਪਿੰਡ ਦਾ ਤੁਹਾਨੂੰ ਪਿੰਡ ਦੇ ਵਿੱਚ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਹੀ ਵੋਟਰ ਸਾਡੇ ਨਾਲ ਹਾਂ ਨਾਲ ਹਲ ਮਨਾ ਰਹੇ ਆ ਇਥੋਂ ਦੇ ਕੋਈ ਸਰਵਸੰਮਤੀ ਨਹੀਂ ਮੰਨੇਗੀ ਸਰਵਸੰਮਤੀ ਪਹਿਲਾਂ ਹੁੰਦੀ ਫਿਰਦੀ ਸੀ ਪਰ ਕੋਈ ਜਿ ਸ਼ਰਾਰਤੀ ਅਨਸਰਾਂ ਨੇ ਸਰਵਸੰਮਤੀ ਹੋਣ ਨਹੀਂ ਦਿੱਤੀ ਉਹਦਾ ਕਾਰਨ ਕਰਕੇ ਇਲੈਕਸ਼ਨ ਜਿਹੜੀ ਹੋਣੀ ਆ ਤੇ ਕੀ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਸਹਿਯੋਗ ਹੈ ਵੋਟਰਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਬਹੁਤ ਨਾਲ ਨੇ ਲੋਕ 30 ਤਰੀਕ ਨੂੰ ਵੋਟਾਂ ਜਿਹੜੀਆਂ ਪੈਰੀਆਂ ਵਾਂ ਤਾਂ ਲੱਗਦਾ ਕਿ ਇੱਕ ਤਰਫਾ ਜਿੱਤ ਹੋਵੇਗੀ ਹਾਂਜੀ ਇੱਕ ਤਰਫਾ ਜਿੱਤ ਹੋਏਗੀ ਜੀ ਅਸੀਂ 2.300 ਵੋਟ ਤੇ ਜਿੱਤਾਂਗੇ ਜੀ ਤੇ ਸਾਡੇ ਪਿੰਡ ਦੀ ਜਿਹੜੀ ਆ ਉਹ 2100 ਦੇ ਲਗਭਗ ਜਿਹੜੀ ਆ ਵੋਟ ਆ ਤੇ 2100 ਵੋਟ ਦੇ ਵਿੱਚੋਂ ਜੇ ਆਪਾਂ ਗਿਣ ਲਈਏ ਵੀ ਪਿਛਲੀ ਵਾਰ ਵਾਂਗੂ ਅਗਰ 80% ਤੱਕ ਵੀ ਪੋਲਿੰਗ ਹੁੰਦੀ ਆ ਤੇ ਉਹਦੇ ਮੁਤਾਬਕ ਸਾਡੇ ਪਿੰਡ ਦੇ ਵਿੱਚ ਜਿਹੜਾ ਉਹ ਭਾਰੀ ਬਹੁਮਤ ਦੇ ਨਾਲ ਜਿਹੜਾ ਕੁਲਬੀਰ ਸਿੰਘ ਸਰਪੰਚ ਜਿਹੜਾ ਨਾਮ ਨਾਮਿਨੇਟ ਹੋਇਆ ਤੇ ਉਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਆ ਤੇ ਇਹ ਭਾਰੀ ਬਹੁਮਤ ਦੇ ਨਾਲ ਜਿਹੜੇ ਆ ਇਹਨਾਂ ਦੀ ਜਿੱਤ ਪ੍ਰਾਪਤ ਹੋਊਗੀ 250 ਤੋਂ ਲੈ ਕੇ 300 ਵੋਟ ਤੱਕ ਦੀ ਅਸੀਂ ਜਿਹੜੀ ਉਹ ਉਮੀਦ ਕਰਦੇ ਆ ਵੀ ਜਿਹੜੇ ਵੋਟਰ ਆ ਇਹਦੇ ਨਾਲ ਜਿੱਤ ਦਰਜ ਕਰਾਉਣਗੇ ਤੇ ਸਾਡੇ ਸਾਰੇ ਪਿੰਡ ਦਾ ਜਿਹੜਾ ਰੁਝਾਨ ਉਹ ਇੱਕ ਪਾਸੜ ਆ ਤੇ ਇੱਕ ਤਰਫਾ ਰੁਝਾਨ ਦੇ ਨਾਲ ਇਹ ਜਿਹੜੀ ਆ 选举 ਹੋਵੇਗੀ ਤੇ ਬਹੁਤ ਵੱਡਾ ਜਿਹੜਾ ਉਹ ਜਰਨਲ ਤੇ ਸਾਰੀ ਰਲਿ ਮਿਲਿ ਐਸੀ ਵੋਟ ਦਾ ਜਿਹੜਾ ਭਰਵਾ ਹੰਗਾਰਾ ਤੇ ਇਸ ਕਰਕੇ ਇਹ ਜਿਹੜਾ ਜਿੰਨੇ ਵੀ ਮਤਲਬ ਜਿਹੜੇ ਮੋਤਬਰ ਬੰਦੇ ਪਿੰਡ ਦੇ ਜਿਹੜੇ ਪਿਛਲੇ ਚੱਲਦੇ ਆ ਰਹੇ ਆਗੂ ਆ ਜਿਹੜੇ ਅੱਜ ਤੋਂ ਮਤਲਬ ਲੰਬੇ ਸਮੇਂ ਤੋਂ ਪੰਚਾਇਤ ਜਿਹੜੀ ਆ ਉਹ ਗਵਾਹੀ ਕਰ ਰਹੇ ਆ ਜਿਹੜੇ ਉਹ ਸਾਰੇ ਹੀ ਮੋਤਬਰ ਬੰਦੇ ਜਿਹੜੇ ਆ ਉਹ ਇੱਕ ਤਰਫਾ ਇੱਕ ਮੰਚ ਦੇ ਉੱਤੇ ਆ ਜਾਗਰਤੀ ਲੈ ਲਈ ਤਰਨਤਨ ਤੋਂ ਵਿਜੇ ਕੁਮਾਰ ਦੀ ਰਿਪੋਰਟ